ਅਵਾਜ਼ੋਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਅਗਲੀ ਵੱਡੀ ਖਬਰ ਨਾਭਾ ਤੋਂ ਆ ਰਹੀ ਹੈ। ਨਾਭਾ ਵਿਖੇ ਇੱਕ ਭਿਆਨਕ ਐਕਸੀਡੈਂਟ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਜਾਣਕਾਰੀ ਦੇ ਅਨੁਸਾਰ BDPO ਦਫ਼ਤਰ ਦਾ ਮੁਲਾਜ਼ਮ ਇੰਦਰਪਾਲ ਉਰਫ ਭੋਲਾ, ਜਿਸ ਦੀ ਕਿ ਉਮਰ ਤਕਰੀਬਨ 50 ਸਾਲ ਸੀ, ਜੋ ਕਿ ਨਾਭਾ ਦੇ ਗੋਬਿੰਦ ਕਲੋਨੀ ਦਾ ਰਹਿਣ ਵਾਲਾ ਸੀ, ਦਫ਼ਤਰੀ ਕੰਮ ਲਈ ਭਵਾਨੀਗੜ੍ਹ ਰੋਡ 'ਤੇ ਓਵਰ ਬ੍ਰਿਜ ਦੇ ਨਜ਼ਦੀਕ ਮੋਟਰਸਾਈਕਲ 'ਤੇ ਜਾ ਰਿਹਾ ਸੀ। ਉੱਥੋਂ ਲੰਘ ਰਹੀ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੂੰ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਮੋਰਚਰੀ ਵਿਖੇ ਲਿਆਂਦਾ ਗਿਆ। ਮੌਕੇ ਤੋਂ ਟਰੈਕਟਰ ਟਰਾਲੀ ਚਾਲਕ ਫਰਾਰ ਹੋ ਗਿਆ, ਪਰ ਪੁਲਿਸ ਨੇ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਲੱਗਦਾ ਤਾਇਆ ਜੀ ਭੋਲਾ ਸਿੰਘ ਨਾਂ ਜੀ ਉਹਨਾਂ ਦਾ, ਅਤੇ ਉਹ ਨਾ ਜੀ ਪੁਲ ਤੋਂ ਥੱਲੇ ਉੱਤਰ ਕੇ ਘਰ ਨੂੰ ਜਾ ਰਹੇ ਸੀਗੇ ਜੀ। ਜਾ ਰਹੇ ਸੀ, ਟਰਾਲੀ ਰਫ਼ਤਾਰ ਨਾਲ ਆ ਰਹੀ ਸੀ ਜੀ, ਅਤੇ ਉਦੋਂ ਟਰਾਲੀ ਰਫ਼ਤਾਰ ਨਾਲ ਸੀਗੀ ਜੀ, ਉਹਨਾਂ ਕਿਤੇ ਕੰਟਰੋਲ ਲਿਆ ਗਿਰ ਗਏ ਜੀ। ਉਹ ਰੋਕੀ ਨਹੀਂ ਟਰਾਲੀ, ਉਹ ਉੱਪਰ ਦੀ ਰਫ਼ਤਾਰ ਨਾਲ ਲੰਘਾ ਕੇ ਲੈ ਗਏ ਜੀ। ਭੱਜ ਕੇ ਜਾ ਕੇ ਜਿਹੜੇ ਸੁੱਖੀ ਮੁੰਡਾ ਜੀ ਲੱਕੜੀ ਵਾਲਾ ਜੀ, ਉਹਨੇ ਕਿਤੇ ਜਾ ਕੇ ਰੋਕੇ ਜੀ ਟਰਾਲੀ ਵਾਲੇ। ਉਹ ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਜੀ ਅਗਰ ਕੀ ਹੋ ਗਿਆ ਜੀ। ਉਹ ਚੀਜ਼ ਝੰਗਾੜਾ ਪਿਆ ਜੀ, ਜਾਂ ਦੇਖਿਆ ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ। ਗਿਆ ਉਹਨਾਂ ਨੂੰ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਜੀ, ਹੁਣ ਇੱਥੇ ਪੋਸਟਮਾਰਟਮ ਜੀ ਕਰਨ ਵਾਸਤੇ ਲਿਆਂਦਾ ਜੀ ਉਹਨਾਂ ਨੂੰ। ਇੱਥੇ ਐਕਸੀਡੈਂਟ ਹੋ ਗਿਆ ਸੀਗਾ ਜੀ, ਇਹਦੀ ਡੈਡ ਬੋਡੀ ਹੋਸਪਿਟਲ ਭੇਜੀ ਆ, ਅਤੇ ਇਹਦੀ ਅਜੇ ਮਤਲਬ ਜੀ ਆ ਰਹੇ ਨੇ ਬਿਆਨ ਲਿਖਾਉਣ ਲਈ। ਨਹੀਂ, ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ? ਐਕਸੀਡੈਂਟ ਟਰੈਕਟਰ ਟਰਾਲੀ ਨਾਲ ਹੋਇਆ ਇਹਦਾ। ਅੱਛਾ, ਇਹ ਮਤਲਬ ਕਿ ਕਿੱਥੇ ਕੋਈ ਪਤਾ ਲੱਗਿਆ ਕਿੱਥੇ ਕੰਮ ਕਰਦੇ ਸੀ, ਕੌਣ ਸੀ? ਇਹ ਅਜੇ ਅਜੇ ਉਹਦਾ ਬੇਟਾ ਆ ਰਿਹਾ ਸਾਡੇ ਕੋਲ ਦੱਸਣ। ਅੱਛਾ ਜੀ, ਅਤੇ ਮੌਕੇ 'ਤੇ ਇਹਦੀ ਡੈਥ ਵਗੈਰਾ ਹੋ ਗਈ? ਹਾਂਜੀ, ਡੈਥ ਹੋ ਗਈ ਮੌਕੇ 'ਤੇ। ਮੌਕੇ 'ਤੇ? ਹਾਂਜੀ। ਤੁਸੀਂ ਕਾਰਵਾਈ ਮਤਲਬ ਕੀ ਕਾਰਵਾਈ ਕਰ ਰਹੇ ਹਾਂ ਜੀ? ਜੀ, ਸਾਡੇ ਦਫ਼ਤਰ ਦੇ ਵਿੱਚ ਇੰਦਰਪਾਲ ਸਿੰਘ ਭੋਲਾ ਬਤੌਰ ਸੇਵਾਦਾਰ ਆਪਣੀ ਸੇਵਾ ਨਿਭਾ ਰਿਹਾ ਸੀਗਾ, ਤੇ ਅੱਜ ਸਵੇਰੇ ਇਹਨੂੰ ਡਾਕ ਦੇ ਕੇ ਭੇਜਿਆ ਸੀਗਾ ਪਿੰਡਾਂ ਦੇ ਵਿੱਚ, ਤੇ ਜਿਹੜਾ ਗੁਜਰਹੇੜੀ ਪਿੰਡ ਦੇ ਵਿੱਚ ਭੇਜਿਆ ਸੀਗਾ। ਇਹ ਜਦੋਂ ਉੱਥੋਂ ਕ੍ਰੋਸ ਕਰਨ ਲੱਗਿਆ ਪੁਲ, ਬਲਕਿ ਪਿੰਡ ਨੂੰ ਜਾਣ ਲੱਗਿਆ ਵਾਪਸੀ 'ਤੇ, ਉੱਥੇ ਬਲਕਿ ਟਰੈਕਟਰ ਆ ਰਿਹਾ ਸੀ ਬਹੁਤ ਤੇਜ਼ ਰਫ਼ਤਾਰ ਨਾਲ, ਤੇ ਉਹਨੇ ਇਹ ਗਿਰ ਗਿਆ, ਬਲਕਿ ਜੋ ਟੱਕਰ ਲੱਗੀ ਤੇ ਗਿਰਨ ਤੋਂ ਬਾਅਦ ਉਹਦਾ ਪਿਛਲਾ ਟਾਇਰ ਸੀਗਾ ਜਿਹੜਾ ਇਹਦੇ ਸਿਰ 'ਤੇ ਚੜ ਗਿਆ, ਉਹਦੇ ਮੌਕੇ 'ਤੇ ਡੈਥ ਹੋ ਗਈ ਜੀ। ਇਹਦੀ ਰਿਟਾਇਰਮੈਂਟ 'ਚ 2-3 ਮਹੀਨੇ ਰਹਿੰਦੇ ਸੀਗੇ, ਬਹੁਤ ਵਧੀਆ ਮਤਲਬ ਕਿ ਸੇਵਾ ਨਿਭਾਈ ਜਾਂਦੀ ਸਾਡੇ ਦਫ਼ਤਰ ਦੇ ਵਿੱਚ, ਅਤੇ 3 ਮਹੀਨੇ ਦੀ ਰਿਟਾਇਰਮੈਂਟ ਦੇ ਵਿੱਚ ਰਹਿੰਦੇ ਕਰਤਾ ਸੀਗਾ ਜੀ, ਅਤੇ SHO ਸਾਹਿਬ ਨੇ ਮੌਕੇ 'ਤੇ ਪੁਲਿਸ ਫੋਰਸ ਮੁਹੱਈਆ ਕਰਾਤੀ ਸਾਨੂੰ ਭੇਜ। ਹੁਣ ਮੋਰਚੇ ਦੇ ਵਿੱਚ ਆਈ ਪੋਸਟਮਾਰਟਮ ਹੋਊਗਾ ਅਤੇ ਸ਼ਾਮ ਨੂੰ ਸੰਸਕਾਰ ਕਰਾਂਗੇ। ਇੰਦਰਪਾਲ ਜੀ ਇੱਥੇ ਰਹਿੰਦੇ ਸੀਗੇ, ਆਪ ਨਾਲ ਕਲੋਨੀ ਹੈ, ਬੀਡੀਓ ਦਫ਼ਤਰ ਸੇਵਾਦਾਰ ਬਤੌਰ ਸੇਵਾਦਾਰ ਇਹ ਦਫ਼ਤਰ ਨੂੰ ਹੀ ਆਏ ਸੀਗੇ ਹੁਣ, ਅਤੇ ਮੋੜਨ ਲੱਗੇ ਪਤਾ ਨਹੀਂ ਕੀ ਅਚਾਨਕ। ਨਹੀਂ, ਐਕਸੀਡੈਂਟ ਕਿਹਦੇ ਨਾਲ ਹੋਇਆ ਜੀ? ਟਰਾਲੀ ਨਾਲ। ਟਰਾਲੀ ਨਾਲ ਹੋਇਆ? ਅੱਛਾ, ਮੌਕੇ 'ਤੇ ਮਤਲਬ ਇਹਨਾਂ ਦੀ ਮੌਕੇ 'ਤੇ ਡੈਥ ਹੋ ਗਈ।